ਅੱਗੇ ਸ਼ੁਰੂ ਕਰਨ ਲੱਗੇ ਹਾਂ ਅਤੇ ਇੱਕ ਵਾਰੀ ਆਪਾਂ ਦੁਬਾਰਾ ਫਤਿਹ ਬੁਲਾ ਕੇ ਫਿਰ ਦੁਬਾਰਾ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਉੱਤੇ ਜਿਹੜੀ ਹੋਰ ਵਿਚਾਰ ਕਰਨੀ ਹੈ ਉਹ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਾਂ ਦੁਬਾਰਾ ਬੋਲ ਲਈਏ ਅਤੇ ਇਹ ਜੋ ਗੁਰਮੁਖੀ ਸਾਡੀ ਲਿਪੀ ਹੈ ਵਰਣਮਾਲਾ ਉਹਦੇ 35 ਅੱਖਰ ਨੇ, ਕੁੱਲ 35 ਅੱਖਰ ਨੇ ਅਤੇ ਅੱਜ ਦੇ ਸਮੇਂ ਜੋ ਕਾਇਦਿਆਂ ਵਿੱਚ ਇਹ 7 ਲੈਣਾ ਦੇ ਵਿੱਚ ਲਿਖੇ ਹੋਏ ਨੇ ਅਤੇ ਹਰ ਇੱਕ ਲਾਈਨ 'ਚ ਜਿਹੜੇ ਨੇ ਉਹ 5-5 ਅੱਖਰ ਨੇ। ਆਪਾਂ ਇੱਕ ਵਾਰੀ ਦੁਬਾਰਾ ਇਹਨਾਂ ਨੂੰ ਪੜ੍ਹ ਲਈਏ ਅਤੇ ਤੁਸੀਂ ਬਹੁਤ ਪਿਆਰ ਵਿੱਚ ਆਰਾਮ ਨਾਲ ਬੋਲਣਾ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ਮਾਂਗਾ ਚੱਚਾ ਛੱਛਾ। ਮੈਂ ਇਹਨੂੰ ਦੁਬਾਰਾ ਬੋਲਣ ਲੱਗਿਆਂ ਫਿਰ ਕਹਾਂ, ਇਹਨਾਂ ਨੂੰ ਚਿੱਚਾ ਛਿੱਛਾ ਸਿਹਾਰੀਆਂ ਲਾ ਲਾ ਕੇ ਨਹੀਂ ਬੋਲਣਾ। ਚੱਚਾ ਇਸ ਤਰ੍ਹਾਂ ਸਾਫ ਸ਼ਬਦਾਂ 'ਚ, ਚੱਚਾ ਛੱਛਾ ਜੱਜਾ ਝੱਝਾ ਯਾਂ ਟੈਂਕਾ ਠੱਠਾ ਡੱਡਾ ਢੱਡਾ ਅਣਾਣਾ ਤੱਤਾ ਥੱਥਾ ਦੱਦਾ ਧੱਧਾ ਨੰਨਾ ਪੱਪਾ ਫੱਫਾ ਬੱਬਾ ਪੱਭਾ ਮੰਮਾ ਯਯਾ ਰਾਰਾ ਲੱਲਾ ਵਵਾ ਅੜਾੜਾ। ਇਸ ਤੋਂ ਬਾਅਦ ਥੱਲੇ ਹੈ ਸ਼ ਹ ਗ ਜ ਫ ਲ। ਹਾਂਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਹੈ ਉਹ ਆਪਾਂ ਜਿਹੜੀ ਸਿੱਖਣੀ ਹੈ, ਇਹਨਾਂ ਦੀ ਆਵਾਜ਼ ਕੀ ਹੈ। ਆਵਾਜ਼ ਜਿਵੇਂ ਊੜਾ ਅਤੇ ਨਾਮ ਹੋ ਗਿਆ ਅਤੇ ਇਹਦੀ ਆਵਾਜ਼ ਕੀ ਹੈ, ਜਿਵੇਂ ਚੱਚਾ ਨਾਮ ਹੈ ਆਵਾਜ਼ ਕੀ ਹੈ, ਅਤੇ ਇਹਨਾਂ ਦੋਵਾਂ ਦੀ ਜਿਹੜੀ ਹੈ ਊੜਾ ਇਹਦੀ ਆਵਾਜ਼ ਹੈ ਓ ਅਤੇ ਐੜਾ ਇਹਦੀ ਆਵਾਜ਼ ਅ ਕੀ ਹੈ ਜੀ। ਈੜੀ ਦੀ ਅਸਲ ਵਿੱਚ ਮੈਂ ਇਹਦੀ ਆਵਾਜ਼ ਬੋਲੀ ਜ਼ਰੂਰ ਹੈ ਪਰ ਮੇਰੇ ਮਨ 'ਚ ਕਨਫਿਊਜ਼ਨ ਸੀ। ਇਹ ਜਿਹੜੇ ਦੋ ਲਫ਼ਜ਼ ਨੇ ਨੋਟ ਕਰ ਲਓ ਕਾਪੀ 'ਤੇ, ਇਹ ਜਿਹੜੇ ਦੋ ਲਫ਼ਜ਼ ਨੇ ਊੜਾ ਅਤੇ ਈੜੀ ਇਹ ਬਿਨਾਂ ਮਾਤਰਾ ਤੋਂ ਬੋਲੇ ਹੀ ਨਹੀਂ ਜਾਂਦੇ ਨਾ ਲਿਖੇ ਜਾਂਦੇ ਨੇ। ਊੜਾ ਈੜੀ ਇਹਨਾਂ ਨੂੰ ਹਮੇਸ਼ਾ ਕੋਈ ਨਾ ਕੋਈ ਮਾਤਰਾ ਜ਼ਰੂਰ ਆਵੇਗੀ। ਅਤੇ ਫਿਰ ਐੜੇ ਦੀ ਆਵਾਜ਼ ਕੀ ਨਿਕਲੀ, ਅ ਕੀ ਹੈ। ਸੱਸੇ ਦੀ ਆਵਾਜ਼ ਸ, ਧਿਆਨ ਦੇਣਾ ਇਕੱਲਾ ਇੱਕ ਅੱਖਰ ਇਹ ਚੇਤੇ ਕਰ ਲਓ, ਇਹਦੀ ਆਵਾਜ਼ ਕੀ ਹੈ, ਸਿਰਫ ਇਹ ਚੇਤੇ ਕਰ ਲਓ। ਇਹਦੀ ਆਵਾਜ਼ ਦੇ ਨਾਲ ਸਾਰੇ ਲਫ਼ਜ਼ਾਂ ਦੀ ਆਵਾਜ਼ ਆਪਾਂ ਠੀਕ ਕਰਨੀ ਹੈ। ਅਤੇ ਇਹਦੀ ਆਵਾਜ਼ ਮੈਂ ਇੱਕ ਤਾਂ ਇਹ ਆ ਜਿਹਦੇ ਮੁਤਾਬਕ ਆਪਾਂ ਬੋਲਣਾ, ਪਰ ਇੱਕ ਆਹ ਜਿਹੜਾ ਇਹਦੀ ਆਵਾਜ਼ ਵੱਖਰੀ ਹੈ, ਇਹਦੀ ਆਵਾਜ਼ ਵੱਖਰੀ ਹੈ, ਇਹਦੀ ਆਵਾਜ਼ ਵੱਖਰੀ ਹੈ। ਪਰ ਆਪਾਂ ਬਹੁਤ ਲਫ਼ਜ਼ਾਂ 'ਚ ਹੁਣੇ ਵੀ ਆਪਾਂ ਸੁਣਿਆ ਸੀ
ਆਪਾਂ ਆ ਬੋਲ ਜਾਂਦੇ ਹਾਂ ਕੰਨੇ ਵਾਲਾ। ਜਿਹੜਾ ਕੰਨੇ ਵਾਲਾ ਹੈ ਉਹਦੇ ਵਿੱਚ ਤੇ ਐੜਾ, ਇਹਨੂੰ ਅਸੀਂ ਮੁਕਤਾ ਕਹਿੰਦੇ ਹਾਂ, ਇਹ 'ਚ ਫਰਕ ਹੈ। ਮੁਕਤੇ ਐੜੇ ਦੀ ਆਵਾਜ਼ ਹੈ ਅ, ਤੇ ਕੰਨੇ ਵਾਲੇ ਦੀ ਆ। ਚੰਗੀ ਤਰ੍ਹਾਂ ਚੇਤੇ ਰੱਖਣਾ ਹੈ ਅ ਆ। ਅ ਦੇ ਵਿੱਚ ਸਧਾਰਨ ਮੂੰਹ ਖੁੱਲ੍ਹਦਾ ਅਤੇ ਆ ਦੇ ਵਿੱਚ ਆਪਾਂ ਨੂੰ ਜ਼ਿਆਦਾ ਮੂੰਹ ਖੋਲ੍ਹਣਾ ਪੈਂਦਾ ਆ ਅਤੇ ਅ। ਪਰ ਇਹ ਜਿਹੜੀ ਆ ਆਵਾਜ਼ ਹੈ ਉਹ ਇੱਥੇ ਬੋਲਣੀ ਹੈ, ਇਹ ਆਵਾਜ਼ ਇੱਥੇ ਨਹੀਂ ਬੋਲਣੀ। ਆਪਾਂ ਹੁਣ ਇੱਥੇ ਗੱਲ ਕਰ ਰਹੇ ਸੀ ਸੱਸੇ ਪੈਰੀ ਬਿੰਦੀ, ਅਤੇ ਆਵਾਜ਼ ਆਈ ਸੀ ਸ਼ਾਹ। ਸ਼ਾਹ ਇਹਦੇ ਨਾਲ ਬਣਦਾ, ਐੜੇ ਨੂੰ ਕੰਨਾ ਆ, ਸ਼ਸ਼ੇ ਨੂੰ ਕੰਨਾ ਸ਼ਾਹ। ਐੜਾ ਮੁਕਤਾ ਅ ਅਤੇ ਇਹ ਸ਼ ਇਹਦੇ ਨਾਲ ਸਾਰੀਆਂ ਆਵਾਜ਼ਾਂ ਪਹਿਲਾਂ ਠੀਕ ਕਰਨੀਆਂ ਨੇ। ਐੜੇ ਦੀ ਆਵਾਜ਼ ਹੈ ਅ, ਇਹਦੀ ਆਵਾਜ਼ ਸ, ਇਹਦੀ ਆਵਾਜ਼ ਕ, ਖ। ਤੁਸੀਂ ਮੇਰੇ ਆਵਾਜ਼ ਬੋਲਣਾ ਕ, ਖ, ਗ, ਕ, ਙ, ਚ, ਛ, ਛਾ ਨੀ, ਛ, ਜ, ਚ, ਞ, ਟ, ਠ, ਡ, ਟ, ਣ, ਤ, ਥ, ਦ, ਤ, ਨ, ਪ, ਫ, ਬ, ਪ, ਮ, ਯ, ਯ, ਰ, ਲ, ਵ, ੜ, ਸ਼, ਖ, ਗ, ਜ, ਫ, ਲ। ਇਹ ਹੈ ਇਹਨਾਂ ਦੀ ਆਵਾਜ਼। ਕਿਉਂਕਿ ਇਹ ਮੁਕਤੇ ਦੀ ਆਵਾਜ਼ ਜਦੋਂ ਆਪਾਂ ਸ਼ੁੱਧ ਉਚਾਰਨ ਕਰਨਾ, ਉੱਥੇ ਜਾ ਕੇ ਸਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੰਮ ਆਉਣੀਆਂ ਨੇ। ਅੱਜ ਸਾਡਾ ਸਾਰਿਆਂ ਦਾ ਉਚਾਰਨ ਵੱਖਰਾ ਵੱਖਰਾ, ਉਹਦਾ ਮੂਲ ਕਾਰਨ ਇਹ ਹੀ ਹੈ ਕਿ ਅਸੀਂ ਗੁਰਮੁਖੀ ਲਿਪੀ ਨੂੰ ਜਿਹੜਾ ਹੈ ਉਹ ਧਿਆਨ ਵਿੱਚ ਨਹੀਂ ਰੱਖਦੇ। ਅਤੇ ਇਸ ਤੋਂ ਅੱਗੇ ਆਪਾਂ ਇੱਥੇ ਲਿਖੇ ਰਹਿਣਗੇ ਅਤੇ ਨਾਲ ਸ਼ੁਰੂ ਕਰਦੇ ਹਾਂ। ਜੋ ਇੱਥੇ ਉਹ ਪਰਲੇ ਪਾਸੇ ਸਕਰੀਨ 'ਤੇ ਵੀ ਆ ਰਿਹਾ, ਉਹ ਅੱਖਰ ਹੋ ਸਕਦਾ ਛੋਟੇ ਨੇ, ਕੈਮਰੇ ਵਿੱਚ ਢੰਗ ਨਾਲ ਨਾ ਆਉਣ। ਅਤੇ ਦਾਸ ਇੱਥੋਂ ਸ਼ੁਰੂ ਕਰਦਾ, ਇੰਜ ਲੱਗਦਾ ਹੈ ਕਿ ਇਹ ਸਾਰੇ ਅੱਖਰ ਤਾਂ ਆਪਾਂ ਨੂੰ ਪਹਿਲਾਂ ਤੋਂ ਹੀ ਆਉਂਦੇ ਹਨ। ਇੰਜ ਲੱਗਦਾ ਹੈ, ਹੈ ਨਹੀਂ ਪਰ ਲੱਗਦਾ ਹੈ ਕਿ ਸਾਰੇ ਅੱਖਰ ਪਹਿਲਾਂ ਤੋਂ ਹੀ ਆਉਂਦੇ ਹਨ। ਮੈਂ ਇੱਥੇ ਇੱਕ ਗੱਲ, ਜਿਹੜੀ ਚੰਗੀ ਗੱਲ, ਚੜ੍ਹਦੀ ਕਲਾ ਵਾਲੀ ਚੰਗੀ ਗੱਲ ਕਿਸੇ ਦੀ ਵੀ ਹੋਵੇ ਦੁਨੀਆ 'ਤੇ, ਉਹ ਸਮਝਣੀ ਕਰਨੀ ਕੋਈ ਮਾੜੀ ਗੱਲ ਨਹੀਂ ਹੁੰਦੀ। ਸਾਡੇ ਪੰਥ ਵਿੱਚ ਜੋ ਇੱਕ ਪੰਥ ਦੀ ਸ਼ਾਖ ਹੈ, ਪੰਥ ਦਾ ਸਾਡਾ ਹਿੱਸਾ ਹੈ, ਜਿਹਨਾਂ ਨੂੰ ਆਪਾਂ ਟਕਸਾਲ ਵਾਲੇ ਵੀਰ ਕਹਿੰਦੇ ਹਾਂ, ਉਹਨਾਂ ਦੀ ਇੱਕ ਖਾਸੀਅਤ ਹੈ, ਉਹਨਾਂ ਕੋਲ ਕੋਈ PhD ਵੀ ਤੁਰ ਜਾਏ ਨਾ ਕਿ ਮੈਂ ਗੁਰਬਾਣੀ ਦਾ ਪਾਠ ਸਿੱਖਣਾ, ਉਹ ਕਹਿੰਦੇ ਪਹਿਲਾਂ ਉਡਾੜਾ ਸਿੱਖ। ਇਹ ਉਹਨਾਂ ਦੀ ਖਾਸੀਅਤ ਹੈ। ਔਰ ਇਹ ਗੱਲ ਮੈਨੂੰ ਬਹੁਤ ਸਾਲਾਂ ਬਾਅਦ ਪਤਾ ਲੱਗਾ, ਅਤੇ ਮੈਂ ਚਾਹੁੰਦਾ ਕਿ ਜਿਹੜੀ ਗੱਲ ਮੈਨੂੰ ਕਈ ਸਾਲਾਂ ਬਾਅਦ ਧੱਕੇ ਖਾਣ ਤੋਂ ਬਾਅਦ ਮਿਲੀ ਹੈ, ਅਤੇ ਤੁਸੀਂ ਜਾਂ ਮੇਰੇ ਭੈਣ ਭਰਾ ਜਿਹੜੇ ਨੇ ਉਹ ਜਿਵੇਂ ਅਸੀਂ ਉਹ ਮਤਲਬ ਅੱਗੇ ਪਿੱਛੇ ਹੋ ਕੇ ਸਿੱਖੇ ਨੇ ਲਫ਼ਜ਼, ਮੈਂ ਫਿਰ ਦੁਹਰਾਵਾਂ ਕਿ ਇੰਜ ਲੱਗਦਾ ਹੈ ਕਿ ਇਹ ਸਾਰੇ ਅੱਖਰ ਆਪਾਂ ਨੂੰ ਪਹਿਲਾਂ ਆਉਂਦੇ ਹਨ, ਪਰ ਨਹੀਂ। ਆਪਾਂ ਬੋਲਣ ਲੱਗਿਆਂ ਸਾਰੇ ਅੱਖਰ ਸਾਫ਼ ਸੁਥਰੇ ਬੋਲ ਨਹੀਂ ਰਹੇ। ਜਿਵੇਂ ਹੁਣ ਆਪਾਂ ਕੁਝ ਦੁਬਾਰਾ ਸ਼ੁਰੂ ਕਰਨ ਲੱਗੇ ਹਾਂ, ਜਿਵੇਂ ਘੱਘਾ, ਇਹਨੂੰ ਕੀ ਬੋਲਦੇ ਨੇ? ਨਹੀਂ, ਆਮ ਕੀ ਬੋਲਦੇ ਨੇ? ਘੱਘਾ।
आम तौर पर इस लफज न बोलते ने गा नाल, पर गुरबाणी विच इस लफज न इंज लिखिया होया है। गुरबाणी विच मैं अगे आप जी नू उह सारियां पंक्तियां विखावांगा, इहनू बोलना है कग्घा, पर आम तौर ते कग्गा बोलिया जांदा है। छछा नू, इह छछा, ठीक है जी, और गुरबाणी च इंज लिखिया भी होया छछा। ते मैं कहांगा कि 90% इवें बोलदे ने, छछा छछा उनू छछा बोलिया जांदा है। झझा झझा इंज लिखिया होया गुरबाणी विच, इवें लिखिया होया, मैं लफज गुरबाणी विचों लए होए ने। झझा इनू की बोलिया जांदा है, झझा, और एक कैदे वाले ने लिख भी दिता होया भी इनू इंज बोलना चाहिए, पर जे अगर असीं इंज बोलना शुरू करांगे तो गुरबाणी के उच्चारण विच अगे जाके बहुत फर्क पै जाएगा। इस तरह लफज एक है आ लफज है की है जी, बोलो, हाँ जी बेटे, नाना। ये देखो आपां तकरीबन तकरीबन इंज बोलदे आ, तकरीबन तकरीबन, क्योंकि मैं भी पहले इवें बोलदा सी नाना, पर यह है की है अणाणा, दो वारी अणा अणा अणाणा। इस तरह एक होर लफज है, खास तौर पर बच्चे नूं बोलदे हुंदे ने, यह है अड़ाड़ा। हुण भी किधरों आवाज आई है, राड़ा नहीं, तुहाडी आवाज इहदे विच ना आ जावे फालतू। अड़ाड़ा, यह अड़ाड़ा है, अड़ाड़ा, यह राड़ा नहीं है, राड़ा नहीं है, अड़ाड़ा। गुरबाणी दा पाठ उच्चारण तदों ही सही होवेगा जदों अक्षर दा उच्चारण बहुत साफ सुथरा हो जाएगा। गुरमुखी वर्णमाला दे अक्षरां दा नाम अते उच्चारण ठीक करन लई गुरबाणी तों ही सेध लई है। ते इस तों अगे गुरबाणी दे प्रमाण वी दास ने लए ने, ते हुण दास इक वारी कल्ले कल्ले अक्षर उत्ते जिन्ने आपां बोले ने वीर जी करना, एक वारी उन्हां सारिआं नूं एक एक अक्षर नूं आपां जिहड़ा ओ वैसे तां उत्थे ओ उत्ते आ गया, तुसीं वेखिओ जे नंबर एक उत्ते ऊड़ा लिखिआ होइआ इह रहिण दिओ, ऊड़ा लिखिआ होइआ, अगे लिखिआ कि इस दा उच्चारण ऊड़ा है, दस इत्थे भी लिखी जांदा कल्ला कल्ला करके, एक एक अक्षर दा पाउण करांगे। ऊड़ा, इस दा उच्चारण ऊड़ा है, पर बाहर दे जम पल बच्चे इस नूं ऊरा बोलदे ने, ऊरा, इह जिहड़ा है इह गलत है, इहदा उच्चारण है ऊड़ा। इस तों अगे दूसरा लफज है ऐड़ा, ते इहदे उच्चारण विच अड़ाड़ा जिहड़ा ध्यान नाल बोलना है, ऐड़ा ऐड़ा, नाल ना तुसीं मिटाई जाओ। नंबर तीन ते ईड़ी, दस माड़ा माड़ा लिखी भी जांदा है भी किस तरह आपां इहनां नूं लिखना है, आप इस तरह बना के, तो इस तरह
इनू ई डी लिखना है, इड़ी नहीं ई डी। इस तो अगे है चौथा लफज ससा, ससा ते इस तो अगे है हा हा, हा हा करके नहीं बोलना, हा हा कन्ने नू दो थां ते लग के, हाहे नू दो थां ते कन्ना लगता है, हा हा ए दा नाम है हा हा। इस तो अगे है पहली लाइन च आउंदा है, दूजी लाइन च कक्का, तकरीबन आपां ठीक बोलदे हां। उस तो अगे है खखा। अच्छा आपां ख्याल रखना है कक्के नू आपां लिखण लग्गिआं इंज करके लिखना है, विच आ जरूर खाली बनिया रहे, क्योंकि बड़ी बड़ी छेती करद्या करद्या आपां मिक्स जा, क्योंकि दद्दा इवें है ते आपां दद्दा ते कक्का जिहड़े ने उह रल जांदे ने। कक्का जिहड़ा साफ सुथरा लिखना है। उस तो बाद है खखा, ते खखे दे उत्ते कदे भी लीक नहीं वजदी, इस तरह लेक नहीं मारनी, इह थत्था बन जांदा पंजाबी दे विच। खखा जिहड़ा इंज पैंदा है। उस तो अगे गग्गा, ते उस तो अगे जिहड़ा है वह है कग्घा, कग्घा इहदा उचारण जिहड़ा है वह आपां कग्घा दो वारी लिख के इंज बोलना है कग्घा, कदी भी इंज नहीं बोलना, कग्गा करके नहीं बोलना। वैसे अक्सर बोलते हैं पर फिर गुरबाणी उच्चारने आपां नूं दिक्कत देवेगा। कग्घा ते इस तो अगे ङङा, ङङा इहनूं आपां इंज लिखना है ङङा, आवाज है ङ ते ਇਹ ਕਾਫੀ ਵਾਰੀ ਆਪਾਂ ਨੂੰ ਦੁਹਰਾਉਣਾ ਪਵੇਗਾ ਫਿਰ ਜ਼ੁਬਾਨ 'ਤੇ ਜਿਹੜਾ ਇਹ ਚੜ੍ਹ ਜਾਂਦਾ। ਅਤੇ ਇਸ ਤੋਂ ਅੱਗੇ ਹੈ ਤੀਜੀ ਲਾਈਨ 'ਤੇ ਚੱਚਾ, ਚੱਚਾ ਜਿਹੜਾ ਇਹ ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਕਰਕੇ ਆਪਾਂ ਪਾ ਸਕਦੇ ਹਾਂ, ਛੇਤੀ ਥੋੜ੍ਹਾ ਜਿਹਾ ਆਪਾਂ ਇੰਜ ਵੀ ਪਾ ਸਕਦੇ ਹਾਂ ਚੱਚਾ। ਉਸ ਤੋਂ ਅੱਗੇ ਹੈ ਛੱਛਾ, ਛੱਛਾ ਜਿਹੜਾ ਉਹ ਆਮ ਤੌਰ 'ਤੇ ਆਪਾਂ ਮਤਲਬ ਜਿਵੇਂ ਬੱਚਿਆਂ ਤੋਂ ਨਹੀਂ ਲਿਖਿਆ ਜਾਂਦਾ, ਮੈਂ ਇੱਕ ਵਾਰੀ ਫਿਰ ਬਣਾ ਲੈਂਦਾ ਛੱਛਾ ਛ। ਉਸ ਤੋਂ ਅੱਗੇ ਹੈ ਜੱਜਾ, ਇਹ 13ਵਾਂ ਅੱਖਰ ਹੈ। ਉਸ ਤੋਂ ਅੱਗੇ ਹੈ ਝੱਝਾ, ਝੱਝਾ ਜਿਹੜਾ ਇਹ ਆਪਾਂ ਇੰਜ ਬਣਾ ਸਕਦੇ ਹਾਂ ਇਸ ਤਰ੍ਹਾਂ ਝੱਝਾ, ਇਹਨੂੰ ਝੱਝਾ ਜਾ ਨਾਲ ਨਹੀਂ ਬੋਲਣਾ, ਝੱਝਾ ਗੁਰਬਾਣੀ 'ਚ ਇਸ ਤਰ੍ਹਾਂ ਲਿਖਿਆ ਹੋਇਆ, ਗੁਰਬਾਣੀ 'ਚ ਲੱਖਰ ਦੁਗਣੇ ਕਰਕੇ ਲਿਖੇ ਹੋਏ ਨੇ ਇਸ ਤਰ੍ਹਾਂ, ਜਿਹੜਾ ਗੁਰਬਾਣੀ ਵਿੱਚ ਇਹ ਲਿਖਿਆ ਹੋਇਆ ਝੱਝਾ। ਉਸ ਤੋਂ ਅੱਗੇ ਜਿਹੜਾ ਉਹ ਹੈ ਯਾਂ, ਇਹ ਤੀਸਰੀ ਲਾਈਨ ਦਾ ਅਖੀਰਲਾ ਅੱਖਰ ਹੈ ਯਾਂ, ਅਤੇ ਇਹਨੂੰ ਆਪਾਂ ਇੰਜ ਲਿਖ ਸਕਦੇ ਹਾਂ ਜਿਵੇਂ ਇੱਥੇ ਇੰਜ ਅਤੇ ਇੰਜ ਇੱਥੇ ਪਾ ਦਿਓ ਯਾਂ। ਇਸ ਤੋਂ ਅੱਗੇ ਹੈ ਟੈਂਕਾ, ਉਸ ਤੋਂ ਅੱਗੇ ਠੱਠਾ, ਫਿਰ ਡੱਡਾ, ਫਿਰ ਢੱਡਾ। ਢੱਡਾ ਲਫ਼ਜ਼ ਜਿਹੜਾ ਇਹ ਗੁਰਬਾਣੀ ਵਿੱਚ ਕਾਫੀ ਵਾਰੀ ਆਇਆ ਅਤੇ ਆਪਾਂ ਅਕਸਰ ਇਹਨੂੰ ਢੱਡਾ ਬੋਲਦੇ ਹਾਂ, ਢੱਡਾ, ਔਰ ਗੁਰਬਾਣੀ ਵਿੱਚ ਇੰਜ ਦੀ ਥਾਂ 'ਤੇ ਇਸ ਤਰ੍ਹਾਂ ਲਿਖਿਆ ਹੋਇਆ ਉੱਚੇ ਉੱਚੇ ਤੌਰ 'ਤੇ ਢੱਡਾ। ਔਰ ਦੱਸ ਨੇ ਉਹ ਸਾਰੇ ਅੱਖਰ ਨੋਟ ਕੀਤੇ ਹੋਏ ਨੇ,
ये ढड्ढा जिहड़ा ये 341 अंक ते है उत्थे सारे आ रहे ने नालों नाल ये गुरबाणी विच सारे अखर जिहड़े लए होए ने ढड्ढा ढड्ढा ढिग ढूढे कत आना उस तो अगे है चौथी लाइन का आखिरी अखर अणाणा अणाणा इनू कदे भी नाणा नहीं बोलना ये आपां ख्याल विच रखना है अणाणा ये नहीं बोलना ये दो वारी लिखिया जांदा इस तरह अणा अणा इस तो अगे है तत्ता फिर थत्था फिर मैं तत्ता दोबारा एक लिखी जाने आपां कोई छेती नहीं करते तत्ता इंज लिखना है कदे भी छेती छेती जंज तत्ता नहीं पा देना क्योंकि गुरमुखी विच एक वक्खरा लफज है ये पभा शब्द है पभे दी ते तत्ते दी सिर्फ इन्नी कोई निशानी है कि तत्ते दे इत्थे खाली थान नहीं है ते पभा जिहड़ा इदां मरोड़ के ते विच खाली थान रखी जाती है मैं दोवें दोबारा लिख देना ये तत्ता है ते ये जिहड़ा है थत्था जिहड़ा है पभा इस तरह है ते आपां तत्ते वेले आ ख्याल रखना है ये पभा लफज वक्खरा है इस तों अगे है थत्था ते ये थत्था शब्द है वैसे इत लीक ना मारो तो एक खखा है कक्का खखा गुरबाणी कई लफज ने लीक मारन दे नाल ही वह दूजा लफज बन जाता है ये लीक मारन दे नाल थत्था बन गया इस तों अगे दद्दा लफज है दद्दा उस तों अगे है तद्धा तद्धा जिहड़ा ये बिल्कुल उही शब्द जिहड़ा पप्पा है इवें पप्पा पैंदा पर इहदे उत्ते लीक पूरी मार दिओ गुरमुखी च तद्धा बन जाता तद्धा इस तों अगे नन्ना लफज है नन्ना जिहड़ा वह तकरीबन आपां ठीक बोलदे हां लिखदे वी हां नन्ना इस तों अगे है पप्पा पप्पा जिहड़ा है ये छेवीं लाइन का पहला अखर है पप्पा ये पप्पा है ये फफा ये बब्बा पब्बा आपां इंज भी बना सकते हैं तो बहुत ही वारी आपां वैसे छेती छेती इंज ही बना दें पर उहदे च इस तरह लिखा होया बब्बा पब्बा ये लफ्ज़ जिहड़ा है भारा बोलना है पब्बा पब्बा नहीं कहना पब्बा ते उस तों बाद है ममा ममा उस तों अगे ये लफज सतवीं लाइन का पहला लफज है यया यया गुरबाणी विच इस तरह लिखिया होया है ते ध्यान नाल बोलिए यया 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 नहीं कहना यया इंज बनता है य ईड़ी नू बिहारी एड़े नू कन्ना यया पर यया गुरबाणी च लिखा होया है ये पन्ना 342 उत्ते और कबीर साहब जी की बाणी है यया जान यया यया जो जानहे तो दुरमत हन कर बस काया गाओ उस तों अगे है रारा गुरबाणी विच इनू बोलन वास्ते इस तरह रारा लिखिया होया इनू ररा करके नहीं बोलना पूरे पूरे लफ्ज सोहने सोहने ररा करके नहीं बोलना रारा उस तों अगे है वाहवा उनू वाहवा नहीं कहना वाहवा दास ने जिहड़ी इह सेध लई है इह सारी गुरबाणी दे शब्दां तों लई है गुरबाणी विच गुरु ग्रंथ साहिब जी के अंदर इन्हां लफ्ज़ां दे डबल रूप सारे लिखे हुए ने पहले सारे लफ्ज़ 341 ते ने ते बाकी सारे लफ्ज़ जिहड़े 342 उत्ते ने ते लिखा होया वाहवा बार बार बिसन समहार क्योंकि मेरे मन विच भी इस तरह का दुबदा सी वाहवा बोलना कि वाहवा बोलना चाहिए त
ते फिर दास ने गुरबाणी नूं ही मुख रखिया ते उहदे च वाहवा लिखिया होया ते वाहवा जिहड़ा है उह आपां इंज बना लैणा है इस तरह करके ते इंज करके ये वाहवा है ते पैंतीवां अखर जिहड़ा है गुरबाणी दा जिहड़ा अखीरला अखर है उह है अड़ाड़ा अड़ाड़ा ते इहनूं राड़ा नहीं कहना और इत्थे आपां दुबारा एक वारी दोहरा लईए कि गुरमुखी अखरां दी कुल गिणती जिहड़ी है वह 35 है। गुरु कृपा करे कि असीं आउण वाले समें च दास विचित्र नाटक च काफ़ी बिजी है ते जदों वह कार्ज हो जाएगा जे 5-6 महीने होर लग जाने कि शायद गुरु कृपा करे कि असीं सोच रहे हाँ कि कोई साइट इहो जी बन जाए जिथे ये लिखती सारा कुछ जिहड़ा है पा दिता जावे ते इत्थे लिखिया होया अगे गुरु की कृपा नाल दास ने चेते रहे कि बोली जां भाषा एक ना रुकन वाले दरिया वांग हुंदी है। चेते रहे कि जड़ी भाषा है एक ना रुकन वाले दरिया वांग हुंदी है और ये लफज विद्वाना दा लिखिया होया और बहुत ढुकदा है जिमें दरिया किधरे चौड़ा किधरे सौड़ा हो गया किधरे खिलर गया किधरे दरिया विच वाज वध गई किधरे शांत हो गया ते किधरे दरिया विच पानी आई जांदा है किधरे निकली जांदा है। इसे तरह ये भाषा जिहड़ी है इहदे उत्ते बहुत डूंघियां विचारां ने तां जिस विचों फिर दुबारा बोलदे दास कि बोली जां भाषा एक ना रुकन वाले दरिया वांग हुंदी है जिस विचों पुराने शब्द सहजे सहजे बदलदे जां निकलदे जांदे हन अते नवें शब्द हौली हौली प्रवेश करी जांदे हन। गुरु नानक देव जी ने पावन गुरु नानक देव जी दे पावन प्रकाश तो लैके 500 साल साडी बोली जां लिखत विच बहुत फर्क पै चुकिया है। हुण साडी भाषा अंदर ये 5 अखर होर भी बोले जा रहे हन जिवें शशा खखा गगा जजा फफा ते अज कल लल्ले दे पैरां हेठ भी बिंदी लाई जा रही है। अगे उदों तक अगे नहीं वधना चाहीदा जदों तक 35 अखर चंगी तरह पक्के नहीं हो जांदे ते इन्हां नूं चंगी तरह पक्के करन नाल वार वार बोल के करन लई वार वार बोल के ते लिख के पक्के कर लैने चाहीदे ने ते आ जिक्र आपां कर ही लिया है कि ये 12 अखर हैं जिहड़े कुछ वधेरे ध्यान मंगदे ने घग्घा ङा छछा झझा इयां टढ़ा अणाणा तद्धा पभा यया वव्वा ते अड़ाड़ा ते जेकर ये मुढ़ले अखर अते इन्हां दियां आवाज़ां समझ विच आ गईयां तां अगे गुरबाणी दा उच्चारण सिखना अते सिखाणा बहुत सौखा हो जाएगा। ते इत्थे तक अज आपां जिहड़ा सी ये आपां 3-4 वारियां दे विच पहुंचे हाँ कि सानू जिहड़े ने गुरमुखी भाषा दे जिहड़े अखर ने वो इस तरह मुढ़ले रूप विच सिख लैने चाहीदे ने ते आपां हुण इक वारी ब्रेक लैने आ फतेह बुलाने आ वाहिगुरु जी का खालसा वाहिगुरु जी की फतेह।